ਹੁਣ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਅੱਜ ਇੱਕ ਆਸ਼ਿਕ ਦਾ ਜ਼ਿਕਰ ਸੁਣਾਵਾਂ। ਬੋਲੋਗੇ ਸੁਭਾਨ ਅੱਲਾਹ। ਅੱਛਾ, ਦੁਨੀਆ ਦੇ ਆਸ਼ਿਕ ਵੇਖ ਕੇ ਇਸ਼ਕ ਕਰਦੇ ਨੇ। ਇੱਕ ਹੀ ਕਮਲੀ ਵਾਲਾ ਹੈ, ਜਿਹਨੇ ਵੇਖਿਆ ਉਹ ਵੀ ਦੀਵਾਨਾ ਤੇ ਜਿਹਨੇ ਨਹੀਂ ਵੇਖਿਆ। ਬਾਈ ਲੋਕ ਤੇ ਹੁਸਨ ਵੇਖ ਕੇ ਆਸ਼ਿਕ ਹੁੰਦੇ ਨਾ, ਤੇ ਮੈਂ ਤੇ ਤੁਸਾਂ ਤੇ ਬਸ ਨਾਮ ਹੀ ਸੁਣਿਆ ਨਾ ਸੋਹਣੇ ਦਾ, ਉਂਝ ਅੱਲਾ ਦੀਦ ਵੀ ਕਰਾ ਦੇਵੇ। ਪਰ ਪਤਾ ਚੱਲਿਆ ਕਿ ਲੋਕਾਂ ਦਾ ਹੁਸਨ ਵੇਖ ਕੇ ਲੋਕ ਦੀਵਾਨੇ ਤੇ ਆਸ਼ਿਕ ਹੁੰਦੇ। ਇੱਕੋ ਹੀ ਮਦੀਨੇ ਦਾ ਵਾਲੀ ਹੈ, ਵੇਖਣ ਵਾਲੇ ਵੀ ਦੀਵਾਨੇ ਤੇ ਅਣਡਿੱਠੇ ਵੀ ਦੀਵਾਨੇ। ਵੇਖਣ ਵਾਲੇ ਤੇ ਇੰਜ ਕਰਕੇ ਵੇਖਿਆ ਤੇ ਇੰਜ ਕਰਕੇ ਵੇਖਿਆ ਕਿ ਇੱਕ ਇੰਜ ਕਰਕੇ ਵੇਖਿਆ ਕਿ ਹਜ਼ਰਤ ਅਬੂ ਹੁਰੈਰਾ ਨਬੀ ਪਾਕ ਦੇ ਨਾ ਸਾਹਮਣੇ ਬੈਠੇ ਰਹਿੰਦੇ ਸਨ। ਆ ਮੇਰੇ ਵੱਲ ਵੇਖਿਓ ਲਾਹੌਰ ਵਾਲਿਓ, ਹਰ ਵੇਲੇ ਨਾ ਹਜ਼ਰਤ ਅਬੂ ਹੁਰੈਰਾ ਨਬੀ ਪਾਕ ਦੇ ਸਾਹਮਣੇ ਬਹਿ ਕੇ ਨਾ ਤੇ ਇੰਜ ਹਜ਼ੂਰ ਨੂੰ ਤੱਕਦੇ ਰਹਿੰਦੇ ਸਨ। ਤੇ ਤੁਸੀਂ ਸੁਭਾਨ ਅੱਲਾਹ ਕਰ ਜਾ ਕੇ ਬੋਲਿਓ ਹੋਰੇ ਲੰਗਰ ਹੈ ਕਿ ਨਹੀਂ, ਬੜਾ ਜੀ ਵਾਧੂ ਹੈ ਜੀ। ਹਾਂ ਸਹੀ 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 ਸਹੀ। ਉਹ ਮੈਨੂੰ ਨਹੀਂ ਸੀ ਪਤਾ ਹੁੰਦਾ ਕਿ ਵਾਧੂ ਕਿਹਨੂੰ ਕਹਿੰਦੇ। ਉਹ ਮੈਂ ਹਜ਼ਰਤ ਜੀ ਜਦੋਂ ਕਾੜੇ ਜਾਣਾ ਤੇ ਮੈਂ ਪੁੱਛਣਾ ਲੰਗਰ ਹੈ, ਉਹਨਾਂ ਕਹਿਣਾ ਵਾਧੂ। ਉਹ ਵਾਧੂ ਸੁਣ ਸੁਣ ਕੇ ਤੇ ਮੈਨੂੰ ਪਤਾ ਚੱਲ ਗਿਆ ਵਾਧੂ ਕਿਸੇ ਚੰਗੀ ਸ਼ਾਇਦ ਦਾ ਨਾਂ ਹੈ। ਉਹ ਮੈਂ ਪੁੱਛਿਆ ਤੇ ਉਹਨਾਂ ਆਖਿਆ ਲੰਗਰ ਵਾਧੂ ਹੈ। ਤੇ ਤੁਸੀਂ ਅਜੇ ਵੀ ਨਹੀਂ ਪਏ ਬੋਲਦੇ ਸੁਭਾਨ ਅੱਲਾਹ। ਥੋੜ੍ਹਾ ਲੰਗਰ ਘਰੋਂ ਵੀ ਖਾ ਕੇ ਆਇਆ ਕਰੋ, ਬੰਦਾ ਸੁਭਾਨ ਅੱਲਾਹ ਕਹਿ ਜੋਗਾ ਹੋ ਜਾਂਦਾ। ਤੇ ਜਿਹਦੀ ਅੰਮੀ ਨੇ ਦੱਸ ਕੇ ਭੇਜਿਆ ਤੂੰ ਪਲਿਆ ਹੀ ਕਮਲੀ ਵਾਲੇ ਦੇ ਲੰਗਰ ਤੇ, ਉਹ ਸੁਣਨੀ ਮਾਂ ਦਾ ਪੁੱਤਰ ਬੋਲੇ ਸੁਭਾਨ ਅੱਲਾਹ। ਜਿਹੜਾ ਜਿਹੜਾ ਹੱਥ ਨਹੀਂ ਚੁੱਕਦਾ ਨਾਲ ਦਾ ਬੇਲੀ ਹੱਥ ਚੁੱਕੇ ਬੋਲੋ, ਮੈਨੂੰ ਪਤਾ ਲੱਗੇ ਮੈਂ ਨਬੀ ਪਾਕ ਦੇ ਜੂੰਦੇ ਜਾਗਦੇ ਨੌਕਰਾਂ 'ਚ ਬੈਠਾ। ਹਜ਼ਰਤ ਅਬੂ ਹੁਰੈਰਾ ਨਬੀ ਪਾਕ ਦੇ ਸਾਹਮਣੇ ਬਹਿ ਕੇ ਨਾ ਇਹ ਇਸ ਤਰ੍ਹਾਂ ਕਰਕੇ ਨਾ ਇਹ ਹਰ ਵੇਲੇ ਹਜ਼ੂਰ ਦੇ ਮੁੱਖ ਨੂੰ ਵੇਖਦੇ ਰਹਿਣਾ, ਅੱਖ ਝਪਕਦੇ ਨਹੀਂ, ਅੱਖ ਹੀ ਨਹੀਂ ਝਪਕਦੇ। ਵਾਹ ਵੇਖਣ ਵਾਲਿਓ, ਮੈਂ ਤੁਹਾਡੀ ਅਜ਼ਮਤ ਤੋਂ ਸਦਕੇ ਜਾਵਾਂ। ਇੱਕ ਦਿਨ ਨਬੀ ਪਾਕ ਨੇ ਬੁਲਾ ਕੇ ਨਾ ਤੇ ਫਰਮਾਇਆ ਅਬੂ ਹੁਰੈਰਾ ਰੋਜ਼ ਮਿਲਣ ਨਾ ਆਇਆ ਕਰ, ਇੱਕ ਦਿਨ ਛੋੜ ਕੇ ਆਇਆ ਕਰ। ਹਜ਼ਰਤ ਅਬੂ ਹੁਰੈਰਾ ਨੇ ਅਰਜ਼ ਕੀਤੀ, ਜੀ ਠੀਕ ਹੈ ਯਾਰ ਰਸੂਲ ਅੱਲਾਹ, ਕਿਉਂਕਿ ਉਹ ਤੇ ਹੁਕਮ ਦੇ ਗੁਲਾਮ ਸਨ ਨਾ। ਇੱਕ ਦਿਨ ਨਬੀ ਪਾਕ ਜੁਮੇ ਦਾ ਖੁਤਬਾ ਦੇ ਰਹੇ ਤੇ ਹਜ਼ੂਰ ਨੇ ਨਾ ਚੰਦ ਸਹਾਬਾ ਵੇਖਿਆ ਖੜੇ ਨੇ, ਨਬੀ ਪਾਕ ਨੇ ਫਰਮਾਇਆ ਬਹਿ ਜਾਓ, ਸਾਰੇ ਬਹਿ ਗਏ। ਹਜ਼ਰਤ ਅਬਦੁੱਲਾ ਬਿਨ ਮਸੂਦ ਨਬੀ ਪਾਕ ਦੇ ਸਾਹਬੀ ਗਲੀ 'ਚ ਪਏ ਆਉਂਦੇ ਸਨ, ਉੱਥੇ ਉਹਨਾਂ ਦੇ ਕੰਨਾਂ 'ਚ ਹਜ਼ੂਰ ਦੀ ਆਵਾਜ਼ ਗਈ, ਗਈ ਕਿ ਬਹਿ ਜਾਓ, ਉੱਥੇ ਹੀ ਬਹਿ ਗਏ। ਕਿਸੇ ਆ ਕੇ ਨਬੀ ਪਾਕ ਨੂੰ ਦੱਸਿਆ ਕਿ ਅਬਦੁੱਲਾ ਬਿਨ ਮਸੂਦ ਗਲੀ 'ਚ ਬੈਠੇ ਨੇ, ਹਜ਼ੂਰ ਨੇ ਫਰਮਾ ਬੁਲਾ ਕੇ ਲਿਆ। ਉਹ ਬੁਲਾ ਕੇ ਲਿਆਏ ਤੇ ਹਜ਼ੂਰ ਨੇ ਵੇਖ ਕੇ ਫਰਮਾਇਆ ਅਬਦੁੱਲਾ ਬਿਨ ਮਸੂਦ ਗਲੀ 'ਚ ਕਿਉਂ ਬੈਠੇ ਸੋ? ਅਰਜ਼ ਕੀਤੀ ਯਾਰ ਰਸੂਲ ਅੱਲਾਹ, ਮੈਨੂੰ ਤੁਹਾਡੀ ਉੱਥੇ ਆਵਾਜ਼ ਗਈ ਕਿ ਬਹਿ ਜਾਓ, ਮੈਂ ਸਮਝਿਆ ਹਜ਼ੂਰ ਨੇ ਮੈਨੂੰ ਆਖਿਆ ਬਹਿ ਜਾਓ, ਮੈਂ ਉੱਥੇ ਹੀ ਬਹਿ ਗਿਆ। ਨਬੀ ਪਾਕ ਨੇ ਫਰਮਾਇਆ ਹੁਣ ਤੂੰ ਬਹਿ ਜਾ ਬਹਿ ਜਾ, ਉੱਥੇ ਬੈਠਣ ਲੱਗੇ। ਹਜ਼ੂਰ ਨੇ ਫਰਮਾਇਆ ਨਹੀਂ, ਅਗਲੀ ਸਾਫੇ 'ਚ ਆ ਕੇ ਬੈਠ। ਅਰਜ਼ ਕੀਤੀ ਸੋਹਣਿਆ ਕਿਉਂ? ਫਰਮਾਇਆ ਕਿਆਮਤ ਤੱਕ ਦੇ ਦੀਵਾਨਿਆਂ ਨੂੰ ਪਤਾ ਲੱਗ ਜਾਏ, ਜਿਹੜੇ ਮੁਹੰਮਦ ਦੇ ਦੀਵਾਨੇ ਤੇ ਮੁਹੰਮਦ ਦੇ ਆਖੇ ਲੱਗ ਜਾਣਾ, ਉਹ ਪਿੱਛੇ ਹੋ ਕੇ ਨਹੀਂ ਰਹਿੰਦੇ, ਫਿਰ ਅੱਗੇ ਹੋ ਕੇ ਲੱਗੇ ਫਿਰਦੇ ਨੇ। ਉਹ ਹੁਕਮ ਦੇ ਗੁਲਾਮ ਸਨ ਨਾ, ਜੋ ਸਾਈ ਫਰਮਾ ਦੇਣ ਜੋ ਸਾਈ ਫਰਮਾ ਦੇਵਨ। ਨਬੀ ਪਾਕ ਨੇ ਫਰਮਾਇਆ ਅਬੂ ਹੁਰੈਰਾ ਰੋਜ਼ ਮਿਲਣ ਨਾ ਆਇਆ ਕਰ। ਕਹਿ ਲੱਗੇ ਜੀ ਠੀਕ ਹੈ ਯਾਰ ਰਸੂਲ ਅੱਲਾਹ, ਉੱਠ ਕੇ ਨਾ ਤੇ ਟੁਰ ਪਏ। ਆ ਜਿੱਥੇ ਕੈਮਰਾ ਲੱਗੇ ਨਾ ਕੈਮਰਾ, ਇੰਨੀ ਕੁ ਦੂਰ ਮਸਜਿਦ ਨਬੀ 'ਚ ਇੱਕ ਸਤੂਨ ਸੀ, ਇੱਕ ਪਿੱਲਰ ਜਿਹਨੂੰ ਉਸਤਨੇ ਹਨਾਨਾ ਕਹਿੰਦੇ ਨੇ, ਉਹ ਖਜੂਰ ਦਾ ਮੁੱਢ, ਉਹ ਖਜੂਰ ਦਾ ਮੁੱਢ। ਇੱਕ ਮਾਈ ਆਈ ਮੇਰੇ ਨਬੀ ਕੋਲ ਤੇ ਕਹਿਣ ਲੱਗੀ ਯਾਰ ਰਸੂਲ ਅੱਲਾਹ, ਮੇਰੇ ਪੁੱਤਰ ਨੇ ਤਰਖਾਨਾ ਦਾ ਕੰਮ ਸਿੱਖਿਆ ਹੈ ਤੇ ਯਾਰ ਰਸੂਲ ਅੱਲਾਹ ਤੁਸੀਂ ਇਹ ਖਜੂਰ ਦੇ ਮੁੱਢ ਦੇ ਨਾਲ ਟੇਕ ਲਗਾ ਕੇ ਤੇ ਤਕਰੀਰ ਕਰ ਦਿਓ, ਇਜਾਜ਼ਤ ਦੇਵੋ ਤੇ ਮੈਂ ਆਪਣੇ ਪੁੱਤਰ ਨੂੰ ਕਹਾਂ ਤੇ ਮੈਂਬਰ ਨਾ ਬਣਵਾ ਕੇ ਦੇਵਾਂ ਤੁਹਾਨੂੰ। ਨਵਾਂ ਨਵਾਂ ਪੁੱਤਰ ਨੇ ਕੰਮ ਸਿੱਖਿਆ, ਨਬੀ ਪਾਕ ਨੇ ਫਰਮਾ ਜੀ ਮਾਈ ਜੀ ਬਣਵਾ ਲਿਓ। ਮਾਈ ਨੇ ਅਗਲੇ ਜੁਮੇ ਨਾ ਮੈਂਬਰ ਨਵਾਂ ਬਣਵਾ ਕੇ ਮੇਰੇ ਨਬੀ ਵਾਸਤੇ ਮਸਜਿਦ ਨਬੀ 'ਚ ਰੱਖਿਆ। ਹਜ਼ੂਰ ਆ ਕੇ ਜਦੋਂ ਮੈਂਬਰ ਤੇ ਬੈਠੇ ਨਾ ਤੇ ਬੈਠਣ ਦਾ ਅੰਦਾਜ਼ ਪਤਾ ਕੀ ਹੁੰਦਾ ਸੀ, ਉਹ ਵੀ ਸੁਣਾ ਦੇਵਾਂ। ਤੁਸੀਂ ਨਹੀਂ ਬੋਲੇ ਨਹੀਂ ਤੇ ਸੁਣਾ ਮੈਂ ਦੇਣਾ ਸੀ। ਤੁਸੀਂ ਦੇਖਿਆ ਨਾ ਮਸਜਿਦ ਦੇ ਮਿੰਬਰ ਦੀਆਂ ਤਿੰਨ ਸੀੜੀਆਂ ਆਉਂਦੀਆਂ, ਮੇਰੇ ਵੱਲ ਵਿੱਚ ਤਿੰਨ ਸੀੜੀਆਂ ਆਉਂਦੀਆਂ ਤੇ ਇਮਾਮ ਮਸਜਿਦ ਜਦੋਂ ਵੀ ਖਤੀਬ ਬੈਠਦਾ ਦਰਮਿਆਨ ਵਾਲੀ ਸੀੜੀ ਤੇ ਬੈਠਦੇ, ਪਤਾ ਕਿਉਂ? ਅਸਲ ਵਿੱਚ ਨਬੀ ਪਾਕ ਸਭ ਤੋਂ ਉੱਪਰ ਵਾਲੀ ਸੀੜੀ ਤੇ ਬੈਠਦੇ ਸਨ। ਹਜ਼ਰਤ ਸਿੱਦੀਕ ਅਕਬਰ ਦੀ ਖਿਲਾਫਤ ਦਾ ਵੇਲਾ ਆਇਆ ਨਾ ਤੇ ਉਹ ਦੂਸਰੀ ਦਰਮਿਆਨ ਵਾਲੀ ਸੀੜੀ ਤੇ ਬੈਠਣ ਲੱਗ ਪਏ। ਹਜ਼ਰਤ ਉਮਰ ਫਾਰੂਕ ਦਾ ਦੌਰ ਆਇਆ ਤੇ ਉਹ ਪਹਿਲੀ ਸੀੜੀ ਤੇ ਬੈਠਣ ਲੱਗ ਪਏ ਨੀਚੇ ਵਾਲੇ।
जब उस्मान गनी का दौर आया तो लोगों ने आख्या कि उस्मान कितने बैठेगा, सीढ़ियाँ मेंबर दियाँ तीन ही आदि ने, जे नबी वाली सीढ़ी से बैठेगा असी आखेंगे नबी वर्गा बन दे, अबू बकर की सीढ़ी से बैठा तो असी आखेंगे अबू बकर वर्गा बन दे, उमर की सीढ़ी से बैठा तो असी आखेंगे उमर वर्गा बन दे। हजरत उस्मान जब खुतबा देवन आए ना तो आपने नीचे वाली सीढ़ी तक कदम रखिया, उपर वाली तो रखिया, तो जाके ओ पहली तो बह गए। लोग आख्या उमर की सीढ़ी से बैठ दो तो असी आख दे उमर वर्गा बन दे, अबू बकर की सीढ़ी से बैठ दो असी कहें उमर वर्गा बकर वर्गा बन दे, तो तू नबी की सीढ़ी से जाके बैठ गया। आप सीढ़ी से बैठ के फरमान लगे उमर की सीढ़ी से बह दो तो तू आखना सी उमर वर्गा बन दे, अबू बकर की सीढ़ी से बह दो तो तू आखना सी अबू बकर वर्गा बन दे। मैं बह ही उसकी सीढ़ी से गया जिदे वर्गा रब दूजा पैदा ही कोई नहीं किया, मैं बह ही उसकी जगह ते गया जिदे वर्गा दूजा रब बनाया कोई नहीं, हुण मिंबर बन गया। जिहड़ा असीं खतीब दूसरी सीढ़ी ते बैठने ना इस वास्ते बैठने आ कि इत्थे नबी पाक दे कदम मुबारक लगदे सन, इहदे नाल हजूर दे कदमां दी निस्बत है, नाले ताजदारे सदाकत दी निस्बत है, इस वास्ते असीं दूसरी सीढ़ी ते खतीब बैठने आ। अच्छा इहदे ते मैं बहस करां, वक्त दरकार है, आओ मुड़ वापस चलीए। नबी पाक मिंबर ते बैठ के खुतबा देवन लग पे ना ते सहाबा बैठ के बड़े बड़े ध्यान ते तवज्जो नाल सुन रहे ते अचानक ना मस्जिद चो किसे दे रोण दी आवाज़ आई। सहाबा दाए भाई वेख ले कौन रो रहे, रोन वाला इंज रोंदा जिवें बच्चा रोंदा है। हौले हौले आवाज़ उची होना शुरू हो गई, रोन वाला नजर ही नहीं आ रहा। आखिर आवाज़ इतनी उची इतनी बुलंद हो गई, इतनी बुलंद हो गई कि रोन वाला इंज रोंदा है कि मौलाना रूह फरमाते हैं जिवें ऊंटनी का बच्चा गवाच जाए तो ऊंटनी रोंदी है ना, इंज कोई रोन वाला पिया रोंदा है। उदे रोन की आवाज़ ने सहाबा फरमाते हैं इंज लगता है जिवें कलेजे फट जाएंगे, कलेजे फट जाएंगे। सहाबा भी रोन लग पे, चीखा मार के सहाबा रोन लग पे, और रोन वाले की आवाज़ एड्डी बुलंद हो गई, एडे दर्द नाल प्यार रोंदा है, एडे दर्द नाल प्यार रोंदा है। आखिर सहाबा भी रोई जा रहे, मस्जिद नबी च चीखा की आवाज़ बुलंद हो गई, पता नहीं रोंदा कौन है। आरफ करी रहमतुल्लाह अलैह फरमांदे ने लगियां वाले ए लगियां वाले चुप नहीं करी दे दईए लखे दिला से टुर गया जाइए केड़े पास दिया सा फरमा देने टुर गए ने ए दिलदार दिला दे कौन रवे मुड़े थोड़ा ए सौरो जिसका नाम छोड़ा जबान साहब फरमा दे रोन दी आवाज़ें आ रही, कोई बड़े दर्द नाल रोंदा है रोन वाला नजरी नहीं आ रहा। अचानक नबी पाक अपने मिंबर दी उतर के आ गए, हजूर टुरदिया उस खजूर दे तने दे करीब गए जिदे नाल टेक लगा के नबी पाक खुतबा देंदे रहे ने। उन्हों जाके मेरे नबी जफा मारे आओ सरकार उन्हों इंज प्यार करदे ने जिवें छोटे जे बच्चे नाल प्यार करी दे। मेरे आका फरमान लगे रोना क्यों है, उस खजूर दे तने जो आवाज आई कमली वाले की दसा मैं क्यों रोना, पहले तुसी दसो मैनू छड़िया क्यों जे मैनू क्यों छड़िया जे। कह लगा कमली वाले जदू मेरे नाल कंड लगा के बैठे दे रहे हो सुने तेरी कंड चुमदा रहा सुने मैं अपने आप न तसलिया देंदा रहा कमली वाला मेरे नाल टेक लगा के बैठा है अज कमली वाले मैनू छड़िया क्यों जे मेरे नबी उन्हें चुप करा रहे। वो खजूर का दरख्त रोई जा रहा सरकार फरमा देना चुप कर जाओ, सहाबा फरमा देने फिर पता लग गया वो खजूर का तना नबी दे छोड़े से रोई जा रहा वो खजूर का तना नबी दे हिजर च रोई जा रहा मेरे नबी उन्होंने इंज प्यार
करते रहे जिमें किसी बच्चे दे नाल प्यार करी दे। सहाबा फरमाते ने इंज चुप कर गया, इंज हिचकियां लैके चुप कीता, जिमें रोंदे बच्चे नूं मां गोदी च लै ले ते बच्चा चुप कर जांदा। मेरे आका ने फरमाया दस तू जमीन ते रहना है कि तेनूं जन्नत च लगा दे, ए जन्नती तेरियां खजूरां खाया करनगे। फरमाया दस इथे रहना के जन्नत च लगा देवा। सुभान अल्लाह, ओ दरख्त जो आवाज आई मैनू जन्नत च लगा दे। नबी पाक ने फरमाया साहबा मेरा मिंबर उठाओ, मिंबर उठा के हुज़ूर ने फरमाया जमीन खोदो, जमीन खोद के हुज़ूर ने फरमाया एदे विच दफन करो। दफन करके मिट्टी बराबर की, उपर मिंबर रख के मेरे नबी उपर बैठ गए। दाता दी नगरी वाले मैंने सची दसो, उन्हें तो आखिया मैंने जन्नत च लगा दियो, तो हजूर ने उन्हें अपने मिंबर के नीचे दफन करा दिता। पता लग गया जदों हजूर मिंबर से बहन जिथे मुहम्मद के कदम लगते ने थले जन्नत ही तो होंगी, वो जिथे कदम मुस्तफा दे लग जाने। भाई जन्नत ही हो ही ना जिथे कदम मुस्तफा दे लग जाने। है माँ बई ना बई थी वा मिंबर ही रोजा तुम मेरे रिया दिल जन्ना। वो खजूर का तना अबू हुरैरा मेरे नबी ने फरमा रोज मिलन ना आया कर। अबू हुरैरा उस खजूर के तने तक पहुंचे ना, तो तक पहुंच के वो उपर तो मुड़ के फिर वापस आ गए। तो आके तो हाथ जोड़ के कहते हैं जी मेरे को नहीं जे रहा जाना, मेरे को नहीं जे रहा जाना। वो जेड़ी इतों ला के आओ उत्थे तक यार की जुदाई बर्दाश्त नहीं सन करते। ऐसा हुसन तुसा कोठी बनवानी हो ना, अल्लाह सारे नसीबा चे सब दे करे। कोठी बनवानी हो तो तुम कोई कारीगर कोई मिस्त्री कोई ठेकेदार बुलाओ, उन्होंने आखो मैं कोठी तेरे को बनवानी है पर पहले मैंने अपनी को कारीगरी वखा। तो दामन पकड़ के लै जाएगा तो कोठी वखा के आगेगा, ओ कोठी मैं बनाई, ओ भी कोठी मैं बनाई, आ मस्जिद मैं बनाई, ओ भी कोठी मैं बनाई। तो सारिया कोठियां दिखा के आखिर तक कोठी वखा के कहेगा कोठियां मैं बड़िया बनाइया पर इंज की मैं कदे नहीं बनाई, इतने तो मैं अपनी कारीगरी की अखीर कर दी। बिला तशबीह कह रहा अल्लाह ने भी आदम तो लैके ईसा ताई सारे नबी भेजे, आखिर ते मुस्तफा नु भेज के फरमाया बनाए ते मैं भी बड़े ने पर इंज दा मैं भी कोई नहीं बना। एडा सोहना बना के भेज दिता कि हसीना जमीलां दा मुंह मोड़ दिता, मुहम्मद बना के कलम तोड़ दिता। एडा सोहना बनाया कि वेखन वाले भी दीवाने ते जिन्ना नहीं वेख्या ओ भी, होर उच्चा बोलो ओ भी। यूसुफ अलैहि सलाम किड्डे सोहणे सन, एडे सोहणे एडे सोहणे एडे सोहणे कि माई वडेरी जी हजरत यूसुफ के मोढ़े ते एक हाथ रख के पुछदी है वे यूसुफ तू एडा सोहणा है तू आप बनया कि तेनू किसे बनाया है। फरमांदे ने अम्मा तू तो यूसुफ वेख्या कदे बनाउण वाला वेख्या ते लखां यूसुफ भी भुल जावे। एडा सोहणा यूसुफ, एडा सोहणा यूसुफ, ते आशिक किन्ने एक ज़ुलैखा, सोना एडा ते आशिक किन्ने एक ज़ुलैखा। मैंने जो पढ़िया करना हुसन यूसुफ वेख के एक ज़ुलैखा भुल गई, पर कमली वाले तेरे ते ये सारी दुनिया डुल गई। हुसन वो भी बड़ा सोहना से, हुसन वेख इश्क होंदा ना, पहले मैं गल वेखन वाले दी तुहानू सुना लवा। हुसन वेख इश्क होंदा, ज़ुलैखा ने दिल दिता ना यूसुफ नू, ते सहेलियां मेना मार के कहन लगियां नी मलका होके गुलाम नू दिल दिता ही। मेरे बाबा जी ताजदारे चूरा शरीफ फरमाते ने आप फरमाते ने इश्क मुकम्मल ही उस दिन होंदा जदों कोई यार दा मेना मारे। जब तक कोई यार दे मेने ना मारे उन्नी देर तक इश्क मुकम्मल ही नहीं होंदा। ते सहेलियां मेना मार के ज़ुलैखा नूं आख्या मलका होके गुलाम नूं दिल दिता ही। ते सहेलियां नूं हजरत ज़ुलैखा फरमान लगे चुप नहीं चुप, तुसा मेरा यूसुफ अजे वेखिया ही नहीं। ते कहन लगियां वेखा दे
ਕਹਿਣ ਲੱਗੀਆਂ ਉਂਝ ਨਹੀਂ ਵੇਖਣ ਨੂੰ ਮਿਲਦਾ, ਚਲੋ ਇੰਝ ਤਾਂ ਵੇਖਾਂਗੀਆਂ। ਕਹਿਣ ਲੱਗੀਆਂ ਵਿਖਾ ਦੇ। ਹਜ਼ਰਤ ਜ਼ੁਲੈਖਾ ਨੇ ਉਹਨਾਂ ਦੇ ਸਾਹਮਣੇ ਸੇਬ ਰੱਖ ਕੇ ਫਰਮਾਉਂਦੀਆਂ ਸੇਬ ਖਾਓ ਤੇ ਮੈਂ ਯੂਸਫ ਲੈ ਕੇ ਆਈ। ਤੇ ਜਾ ਕੇ ਯੂਸਫ ਨੂੰ ਆਖਿਆ ਜ਼ਰਾ ਮੇਰੀਆਂ ਸਹੇਲੀਆਂ ਮੇਹਨਾ ਮਾਰੇ ਤੇ ਹੁਸਨ ਦੀ ਨਗਰੀ ਦੇ ਤਾਜਦਾਰਾ ਜ਼ਰਾ ਇਹਨਾਂ ਦੇ ਕੋਲੋਂ ਤੇ ਗੁਜ਼ਰੀ, ਮੈਂ ਇਹਨਾਂ ਦੇ ਮਾਨ ਤੋੜ ਕੇ ਰੱਖ ਦੇਵਾਂ ਕਿ ਮੇਰਾ ਮਾਹੀ ਕਿੱਡਾ ਸੋਹਣਾ ਹੈ। ਯੂਸਫ ਅਲੈਹ ਸਲਾਮ ਤੁਰੇ ਨਾ ਤੇ ਜ਼ੁਲੈਖਾ ਨੂੰ ਖਿਆਲ ਆਇਆ ਕਿ ਇਹ ਮਹਿਬੂਬ ਤੇ ਮੇਰਾ ਹੈ ਤੇ ਮਹਿਬੂਬ ਕੋ ਲੋਕਾਂ ਨੂੰ ਤੇ ਨਹੀਂ ਵਿਖਾਈ ਦੇ। ਆਖਿਆ ਮਹਿਬੂਬ ਤੇ ਮੇਰਾ ਤੇ ਇਹ ਵੇਖਣ ਦੀਆਂ ਕੀ ਲੱਗਦੀਆਂ ਨੇ ਤੇ ਮੈਂ ਇਹਨਾਂ ਨੂੰ ਕਿਉਂ ਵਿਖਾਵਾਂ? ਕਿਉਂਕਿ ਇਸ਼ਕ ਗੈਰਤ ਵਾਲਾ ਹੁੰਦਾ, ਜਿਹੜਾ ਬੇਗੈਰਤ ਹੋਵੇ ਉਹ ਇਸ਼ਕ ਹੁੰਦਾ ਹੀ ਨਹੀਂ। ਉਹ ਬੇਗੈਰਤ ਹੁੰਦਾ ਨਾ ਜਿਹੜਾ ਇਸ਼ਕ ਹੁੰਦਾ ਹੀ ਨਹੀਂ। ਜ਼ੁਲੈਖਾ ਨੂੰ ਖਿਆਲ ਆਇਆ ਤੇ ਗੈਰਤ ਆਈ ਤੇ ਆਖਿਆ ਇਹ ਮੇਰੇ ਮਹਿਬੂਬ ਨੂੰ ਕਿਉਂ ਵੇਖਣ? ਇਸ਼ਕ 'ਚ ਇਤਨੀ ਗੈਰਤ ਹੁੰਦੀ ਹੈ ਕਿ ਹਿੰਦੀ ਦਾ ਇੱਕ ਸ਼ਾਇਰ ਕਹਿੰਦਾ, ਉਹ ਕਹਿੰਦਾ, ਨੈਣ ਮੇਂ ਜੋ ਆਣ ਬਸੋ ਤੋ ਮੈਂ ਨੈਣਾ ਝਾਂਪ ਹਿਲੂੰ, ਨਾ ਮੈਂ ਦੇਖੂੰ ਔਰ ਕੋ ਨਾ ਤੋਹੇ ਦੇਖਣ ਦੂੰ। ਆਸ਼ਿਕ ਕਹਿੰਦਾ ਮੈਂ ਆਪਣੇ ਮਹਿਬੂਬ ਨੂੰ ਅੱਖੀਆਂ ਦੇ ਵਿੱਚ ਵਸਾ ਕੇ ਨਾ ਤੇ ਅੱਖੀਆਂ ਹੀ ਬੰਦ ਕਰ ਲਵਾਂ, ਨਾ ਉਹਨੂੰ ਕੋਈ ਵੇਖੇ ਨਾ ਮੈਂ ਕਿਸੇ ਨੂੰ ਵੇਖਾਂ। ਇਸ਼ਕ ਏਡੀ ਗੈਰਤ ਵਾਲਾ ਹੁੰਦਾ ਕਿ ਦਿਲ ਕਰਦਾ ਅੱਖ 'ਚ ਰੱਖ ਕੇ ਅੱਖ ਹੀ ਬੰਦ ਕਰ ਲਵਾਂ। ਤੇ ਜ਼ੁਲੈਖਾ ਨੂੰ ਅੱਜ ਮਹਿਬੂਬ ਵਿਖਾਉਣਾ ਪੈ ਗਿਆ ਬੇਗਾਨਿਆਂ ਨੂੰ। ਖਿਆਲ ਆਇਆ ਤੇ ਆਖਿਆ ਇਹ ਘੁੰਡ ਨਾ ਚੁੱਕਿਆ ਜੇ, ਸਾਰਾ ਗੁਜ਼ਰਿਆ ਜੇ ਪਰ ਘੁੰਡ ਨਾ ਚੁੱਕਿਆ ਜੇ। ਉਹ ਮੀਆਂ ਮੁਹੰਮਦ ਬਖਸ਼ ਨੇ ਫਰਮਾਇਆ ਘੁੰਡ ਉਠਾਓ, ਦੀਦਾਰ ਕਰਾਓ ਤੇ ਇਸ਼ਕ ਨਾ ਪੁੱਛੇ ਜ਼ਾਤਾਂ, ਰੂ ਬਰੂ ਸਜਣ ਦੇ ਬਹਿ ਕੇ ਕਰ ਲਈਏ ਦੋ ਬਾਤਾਂ। ਉਂਝ ਯੂਸਫ ਗੁਜ਼ਰ ਗਏ ਤੇ ਇਹ ਥੋੜਾ ਜਿਹਾ ਨਕਾਬ ਸਰਕਾ ਕੇ ਨਾ ਥੋੜਾ ਜਿਹਾ ਗੁਜ਼ਰ ਗਏ ਤੇ ਵੇਖਣ ਵਾਲੀਆਂ ਦਾ ਕੀ ਹਾਲ ਹੋਇਆ। ਪੜਾ ਕੁਰਾਨ ਬਈ, ਬੇ ਮੁਰਸ਼ਦ ਨਾਲ ਮੈਂ ਕਦੇ ਬੋਲਿਆ ਨਹੀਂ ਤੇ ਮੁਰਸ਼ਦ ਵਾਲਾ ਬੋਲੇ ਸੁਭਾਨ ਅੱਲਾਹ। ਸਟੇਜ ਵਾਲਿਓ ਹੌਸਲਾ ਵਧਾਓ, ਮੇਰਾ ਉੱਚਾ ਬੋਲੋ, ਮੈਨੂੰ ਪਤਾ ਲੱਗੇ ਮੈਂ ਆਪਣੇ 'ਚ ਬੈਠਾ। ਜਿਹੜਾ ਜਿਹੜਾ ਹੱਥ ਨਹੀਂ ਪਿਆ ਚੁੱਕਦਾ ਗੋਡੇ ਛੱਡੋ, ਨਾ ਦਿੰਦਾ ਹੱਥ ਚੁੱਕੇ ਬੋਲੋ ਸੁਭਾਨ ਅੱਲਾਹ। ਅੱਲਾ ਨੇ ਰਿਜ਼ਾ ਫਰਮਾਇਆ ਵਕਤਾ ਨਾ ਆਈਦੀਆ ਹੁਣ ਵਕੁਲ ਨਾ ਹਾਸ ਲਿਲਾਹਿ ਮਾ ਹਾਦਾ ਬਸ਼ਰਾ ਇਨ ਹਾਦਾ ਇਲਾ ਮਲਕੁਨ ਕਰੀ ਪਰਵਰਦੀਗਾਰ ਨੇ ਫਰਮਾਇਆ ਜਿਨਾ ਯੂਸੁਫ ਦਾ ਜਮਾਲ ਵੇਖਿਆ ਉਹਨਾਂ ਦੀ ਉਂਗਲੀਆਂ ਕੱਟ ਗਈਆਂ, ਉਂਗਲੀਆਂ ਦੇ ਟੁਕੜੇ ਹੋ ਗਏ। ਵਾਹ ਕਮਲੀ ਵਾਲਿਆ ਤੇਰੇ ਹੁਸਨ ਤੇ ਕੁਰਬਾਨ ਜਾਵਾਂ, ਜਿਨਾ ਯੂਸੁਫ ਦਾ ਜਮਾਲ ਵੇਖਿਆ ਉਹਨਾਂ ਦੀਆਂ ਉਂਗਲੀਆਂ ਦੇ ਟੁਕੜੇ ਹੋ ਗਏ। ਮੁਹੰਮਦ ਦੀ ਉਂਗਲੀ ਵੇਖ ਕੇ ਚੰਨ ਦੇ ਟੁਕੜੇ ਟੁਕੜੇ ਉੱਥੇ ਤੇ ਹੁਸਨ ਵੇਖ ਕੇ ਉਂਗਲੀਆਂ ਦੇ ਟੁਕੜੇ ਹੋਏ। ਕੰਬਲੀ ਵਾਲੇ ਦੀ ਉਂਗਲੀ ਉੱਠੀ ਤੇ ਹੁਸਨ ਉਂਗਲੀ ਦਾ ਵੇਖ ਕੇ ਚੰਨ ਦੇ ਟੁਕੜੇ ਹੋ ਗਏ। ਆ ਕੋਈ ਬੜਾ ਸੋਹਣਾ ਵੇ ਤੇ ਮਾਂ ਕਹਿੰਦੀ ਮੇਰਾ ਚੰਨ ਵਰਗਾ, ਪਰ ਚੰਨ ਵਰਗਾ ਨਹੀਂ ਆਪ ਚੰਨ। ਮੇਰੇ ਮਾਹੀ ਦੀ ਉਂਗਲੀ ਦਾ ਹੁਸਨ ਵੇਖ ਕੇ ਚੰਨ ਦੇ ਟੁਕੜੇ ਹੋ ਗਏ। ਪਰ ਕੰਬਲੀ ਵਾਲੇ ਤੇਰੇ ਹੁਸਨ ਤੋਂ ਸਦਕੇ ਉਸਨੇ ਯੂਸੁਫ ਪੇ ਕਟੀ ਮਿਸਰ ਮੇਂ ਅੰਗੁਸ਼ਤੇ ਜ਼ਨਾ ਸਰ ਕਟਾਤੇ ਹੈ ਤੇਰੇ ਨਾਮ ਪੇ ਮਰਦਾਨੇ ਅਰਬ। ਪਤਾ ਚੱਲਿਆ ਕਿ ਵੇਖਣ ਵਾਲੇ ਵੀ ਦੀਵਾਨੇ ਤੇ ਅਨ ਡਿੱਠੇ ਵੀ